गुड मॉर्निंग स्टूडेंट्स आई एम योर इंग्लिश ट्रेनर माई नेम इज़ नरेंद्र कुमार एंड आई वेलकम यू टू आई यूट्यूब चैनल लर्न टू एक्चुलाइज टूडे वी आर गोइंग टू टॉक अबाउट इंग्लिश लिटरेरी फिगर्स इंग्लिश लिटरेरी फिगर्स जहड़ा मैं शब्द बोलिया है ये असोसीएटिड है इंग्लिश मास्टर केडर एग्जामीनेशन के ਆਉਣ ਵਾਲੇ ਸਾਹਿਤਿਕ ਲੇਖਕਾਂ ਦੇ ਬਾਰੇ ਅਤੇ ਉਹਨਾਂ ਦੇ ਨਾਲ ਸੰਬੰਧਿਤ ਵਰਕਸ ਦੇ ਬਾਰੇ ਤੁਹਾਨੂੰ ਸਭ ਨੂੰ ਇਸ ਗੱਲ ਦਾ ਪਤਾ ਹੈ ਕਿ ਮਾਸਟਰ ਕੈਡਰ ਇੰਗਲਿਸ਼ ਦੀਆਂ ਪੋਸਟ ਬਹੁਤ ਜਲਦੀ ਆ ਰਹੀਆਂ ਹਨ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਹੈਵ ਡਿਜ਼ਾਈਨਡ ਅ ਪ੍ਰੋਪਰ ਸੀਰੀਜ਼ ਜਿਸ ਦੇ ਵਿੱਚ ਵੀ ਵਿਲ ਬੀ ਟਾਕਿੰਗ ਅਬਾਊਟ ਲਿਟਰਰੀ ਫਿਗਰਸ ਲਿਟਰਰੀ ਰਾਈਟਰਸ देयर ਵਰਕਸ ਵਾਟ ਹੈਵ ਦੇ ਡਨ ਐਂਡ ਹਾਊ

इंडियन राइटिंग इन इंग्लिश ਦੇ ਵਿੱਚ ਪਹਿਲੇ ਲਿਟਰੇਰੀ ਫਿਗਰ ਆਰ ਕੇ ਨਾਰਾਇਣ ਹਨ ਇਹਨਾਂ ਦੇ ਬਾਰੇ ਅਕਸਰ ਜਿਹੜਾ ਸਵਾਲ ਹੈ ਉਹ ਇਹਨਾਂ ਦੇ ਨਾਮ ਦੇ ਉੱਤੇ ਪੁੱਛਿਆ ਜਾਂਦਾ ਇਹਨਾਂ ਦਾ ਨਾਮ ਆਰ ਕੇ ਨਾਰਾਇਣ ਹੈ ਆਰ ਜਿਹੜਾ ਹੈ ਉਹ ਸੰਬੰਧਿਤ ਹੈ ਰਾਸੀਪੁਰਮ ਜਿਹੜਾ ਇਹਨਾਂ ਦਾ ਪਿੰਡ ਸੀ ਇਨਸੈਸਟਰਲ ਵਿਲੇਜ ਸੀ ਉਸ ਦੇ ਨਾਲ ਸੰਬੰਧਿਤ ਹੈ ਜਦ ਕਿ ਕ੍ਰਿਸ਼ਨ ਸੁਆਮੀ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਜਿਹੜਾ ਕਿ ਇਹਨਾਂ ਦੇ ਨਾਮ ਦੇ ਨਾਲ ਕਨੈਕਟਡ ਹੈ ਸੋ ਅੱਗੇ ਅਸੀਂ ਇਹਨਾਂ ਬਾਰੇ ਹੋਰ ਪੜਾਂਗੇ ਸੋ ਫੁੱਲ ਨੇਮ ਰਾਸੀਪੁਰਮ ਕ੍ਰਿਸ਼ਨ ਸੁਆਮੀ ਨਾਰਾਇਣ ਜਿਹੜਾ ਕਿ ਇਹਨਾਂ ਦਾ ਪੂਰਾ ਨਾਮ ਹੈ ਇਸ ਨੂੰ ਤੁਹਾਨੂੰ ਯਾਦ ਰੱਖਣਾ ਪਏਗਾ ਮੈਨੀ ਟਾਈਮ ਕੁਐਸਚਨਸ ਆਰ ਆਸਕਡ ਉਸ ਤੋਂ ਬਾਅਦ ਅਸੀਂ ਜਾਣਦੇ ਹਾਂ ਇਹਨਾਂ ਦੀ ਡੇਟ ਆਫ ਬਰਥ ਦੇ ਬਾਰੇ ਵਿੱਚ ਹੀ ਵਾਸ ਬੋਰਨ 10th ਅਕਤੂਬਰ 1906 10 ਅਕਤੂਬਰ 1906 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਇਟ ਵਾਸ ਇਨ ਮਦਰਾਸ ਮਦਰਾਸ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਮਾਡਰਨ ਟਾਈਮਸ ਦੇ ਵਿੱਚ ਅਸੀਂ ਉਸ ਨੂੰ ਚੇਨਈ ਕਹਿੰਦੇ ਹਾਂ ਇਟ ਇਜ਼ ਬੇਸਿਕਲੀ ਇਨ ਤਾਮਿਲਨਾਡੂ ਤੇ ਪਿਤਾ ਜੀ ਦਾ ਨਾਮ ਕ੍ਰਿਸ਼ਨਾ ਸੁਆਮੀ ਆਈਅਰ ਸੀਗਾ ਇਨਾਂ ਦੇ ਪਿਤਾ ਜੀ ਇੱਕ ਸਕੂਲ ਟੀਚਰ ਸਨ ਲੇਟਰ ਔਨ ਹੀ ਗਾਟ ਪ੍ਰੋਮੋਟਡ ਟੂ ਦ ਪੋਜੀਸ਼ਨ ਆਫ ਹੈਡਮਾਸਟਰ ਸੋ ਇਹ ਪ੍ਰੋਮੀਨੈਂਸ ਮੈਂ ਤੁਹਾਨੂੰ ਦੱਸ ਚੁੱਕਾ ਹੋਇਆ ਹਾਂ ਕਿ ਰਾਸੀਪੁਰਮ ਇਹਨਾਂ ਦਾ ਇਨਸੈਸਟਰਲ ਵਿਲੇਜ ਸੀ ਤੇ ਕੇ ਜਿਹੜਾ ਇਹਨਾਂ ਦੇ ਨਾਮ ਵਿੱਚ ਕ੍ਰਿਸ਼ਨਾ ਸਵਾਮੀ ਹੈ ਉਹ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਹੁਣ ਅਸੀਂ ਇਹਨਾਂ ਦੇ ਐਜੂਕੇਸ਼ਨਲ ਸਫਰ ਦੇ ਬਾਰੇ ਤੇ ਇਹਨਾਂ ਦੇ अर्ਲੀ ਕੈਰੀਅਰ ਦੇ ਬਾਰੇ ਜਾਣਦੇ ਹਾਂ ਨਰਾਇਣ ਵਾਸ ਨਾਟ ਅਕੈਡੈਮਿਕਲੀ ਇਨ ਇਨਕਲਾਈਂਡ ਇਸ ਤੋਂ ਭਾਵ ਹੈ ਕਿ ਆਰ ਕੇ ਨਰਾਇਣ ਸ਼ੁਰੂਆਤ ਦੇ ਵਿੱਚ ਪੜ੍ਹਾਈ ਦੇ ਪ੍ਰਤੀ ਇੰਨੇ ਜ਼ਿਆਦਾ ਸਜਗ ਨਹੀਂ ਸਨ ਹੀ ਫੇਲਡ ਇਨ ਬੋਥ ਹਾਈ ਸਕੂਲ ਐਂਡ ਇੰਟਰਮੀਡੀਏਟ ਐਗਜ਼ਾਮੀਨੇਸ਼ਨਸ ਲੇਕਿਨ ਉਸ ਦੇ ਬਾਵਜੂਦ ਹੀ ਰੋਜ਼ ਹਾਈਲੀ ਅਤੇ ਹੀ ਕੰਪਲੀਟਿਡ ਹਿਸ ਗ੍ਰੈਜੂਏਸ਼ਨ ਫਰਮ ਮਹਾਰਾਜਾ ਕਾਲਜ ਐਟ ਦੀ ਏਜ ਆਫ 24 ਇਹਨਾਂ ਨੇ ਸਭ ਤੋਂ ਪਹਿਲਾਂ ਮੈਸੂਰ ਦੇ ਵਿੱਚ ਮੈਸੂਰ ਸੈਕਟਰੀਏਟ ਦੇ ਵਿੱਚ ਕਲਰਕ ਵਾਜੋਂ ਨੌਕਰੀ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਐਜ਼ ਅ ਟੀਚਰ ਐਜ਼ ਅ ਟੀਚਰ ਆਫ ਇੰਗਲਿਸ਼ ਇਹਨਾਂ ਨੇ ਕੰਮ ਕੀਤਾ ਇਹਨਾਂ ਦੀ ਵਾਈਫ ਦਾ ਜਿਹੜਾ ਨਾਮ ਹੈ ਸਮ ਟਾਈਮਸ ਇਟ ਇਜ਼ ਆਸਕਡ ਇਨ ਐਗਜ਼ਾਮਸ ਇਨਾਂ ਦੀ ਵਾਈਫ ਦਾ ਨਾਮ ਰਾਜ਼ਮ ਹੈ ਜਿਹੜਾ ਕਿ ਇਹਨਾਂ ਦੇ ਕਈ ਨੋਵਲਸ ਦੇ ਵਿੱਚ ਇੱਕ ਕਿਰਦਾਰ ਵਜੋਂ ਵੀ ਯੂਜ਼ ਹੋਇਆ ਜਿਨ੍ਹਾਂ ਨਾਲ ਇਹਨਾਂ ਦੀ ਮੁਲਾਕਾਤ 1935 ਵਿੱਚ ਹੋਈ ਅਤੇ ਇਹਨਾਂ ਦੀ ਜਿਹੜੀ ਸ਼ਾਦੀ ਹੈ ਉਹ 1935 ਦੇ ਦੌਰਾਨ ਹੀ ਹੋਈ ਤੇ ਇਨਾਂ ਦਾ ਸ਼ਾਦੀ ਦਾ ਜਿਹੜਾ ਸਫਰ ਹੈ ਮੈਰਿਡ ਲਾਈਫ ਦਾ ਜਿਹੜਾ ਸਫਰ ਹੈ ਇਟ ਕੁਡਨਟ ਗੋ ਲੌਂਗ ਬਿਕੋਜ਼ ਰਾਜਮ ਡਾਈਡ ਆਫ ਟਾਈਫਾਈਟ ਉਸ ਸਮੇਂ ਰਾਜਮ ਦੀ ਡੈਥ ਜਿਹੜੀ ਹੈ 1939 ਵਿੱਚ ਹੋ ਗਈ ਹੀ ਵਾਸ ਸੋ ਮੱਚ ਡਿਵੋਟਿਡ ਟੂ ਹਿਸ ਵਾਈਫ ਥੈਟ ਹੀ ਕੁਡਨਟ ਗੈਟ ਮੈਰਿਡ ਲੇਟਰ ਔਨ ਕਿ ਰਾਜਮ ਦੇ ਨਾਲ ਵਿਆਹ ਤੋਂ ਬਾਅਦ ਇਹਨਾਂ ਨੇ ਜਿਸ ਸਮੇਂ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਦੁਬਾਰਾ ਸ਼ਾਦੀ ਨਹੀਂ ਕੀਤੀ ਐਂਡ ਦੇ ਹੈਡ ਅ ਡਾਟਰ ਆਲਸੋ ਹਰ ਨੇਮ ਵਾਸ ਹਿਮਾ ਇਹਨਾਂ ਦੀ ਬੇਟੀ ਦਾ ਨਾਮ ਹਿਮਾ ਸੀਗਾ ਹੁਣ ਅਸੀਂ ਜਾਣਦੇ ਹਾਂ ਇਹਨਾਂ ਦੀ ਲਿਟਰੇਰੀ ਅਚੀਵਮੈਂਟਸ ਦੇ ਬਾਰੇ ਕਿ ਇਹਨਾਂ ਨੇ ਆਪਣੇ ਸਾਹਿਤਿਕ ਸਫਰ ਵਿੱਚ ਕੀ ਅਚੀਵ ਕੀਤਾ ਸਭ ਤੋਂ ਪਹਿਲਾਂ ਇਹਨਾਂ ਨੂੰ ਇਹਨਾਂ ਦੇ ਨੋਵਲ ਦਾ ਗਾਈਡ ਦੇ ਲਈ 1960 ਦੇ ਵਿੱਚ ਸਾਹਿਤ ਅਕੈਡਮੀ ਅਵਾਰਡ ਮਿਲਿਆ ਉਸ ਤੋਂ ਬਾਅਦ 1964 ਵਿੱਚ ਇਹਨਾਂ ਨੂੰ ਪਦਮ ਭੂਸ਼ਣ ਅਤੇ ਸੰ 2000 ਦੇ ਵਿੱਚ ਇਹਨਾਂ ਨੂੰ ਪਦਮ ਵਿਭੂਸ਼ਣ ਵੀ ਹਾਸਲ ਹੋਇਆ ਇਹਨਾਂ ਦਾ ਜਿਹੜਾ ਪਹਿਲਾ ਵਰਕ ਸੀਗਾ ਨੋਵਲ ਰਾਈਟਿੰਗ ਦੇ ਵਿੱਚ ਉਹ ਸੀਗਾ ਸੁਆਮੀ ਐਂਡ ਹਿਸ ਫਰੈਂਡਸ ਇਹਨਾਂ ਨੇ ਮਾਲਗੁੜੀ ਡੇਜ਼ ਨਾਮਕ ਨੋਵਲ ਵੀ ਪ੍ਰਕਾਸ਼ਿਤ ਕੀਤਾ ਇਹਨਾਂ ਨੇ ਮਾਲਗੁੜੀ ਸਟੋਰੀਜ਼ ਵੀ ਲਿਖੀਆਂ ਅਤੇ ਦੂਰਦਰਸ਼ਨ ਦੇ ਵਿੱਚ ਮਾਲਗੁੜੀ ਡੇਜ਼ ਦੇ ਉੱਤੇ ਇੱਕ ਸੀਰੀਅਲ ਵੀ ਪ੍ਰੈਜ਼ੈਂਟ ਹੋਇਆ ਕਰਦਾ ਸੀਗਾ ਇਹਨਾਂ ਦਾ ਨਾਮ ਰਾਜ ਸਭਾ ਦੇ ਐਮਪੀ ਵਜੋਂ ਵੀ ਨਾਮਿਨੇਟ ਹੋਇਆ ਸੀਗਾ in order to respect this great literary figure his name was nominated as mp of rajyasabha in the indian parliament inadi jehdi death hai oh 13 may 2001 de vich hui te 94 sal di umar inhan ne bhogi isiga rk narayan ji da ik byora ਜਿਸ ਦੇ ਵਿੱਚ ਅਸੀਂ ਉਹਨਾਂ ਦੇ ਜੀਵਨ ਬਾਰੇ ਅਤੇ ਉਹਨਾਂ ਦੇ ਸਾਹਿਤਿਕ ਸਫਰ ਬਾਰੇ ਜਾਣਿਆ ਆਰ ਕੇ ਨਾਰਾਇਣ ਨੇ ਦਾ ਇੰਗਲਿਸ਼ ਟੀਚਰ ਦਾ ਡਾਰਕ ਰੂਮ ਅਤੇ ਹੋਰ ਕਈ ਨੋਵਲ ਲਿਖੇ ਜਿਨ੍ਹਾਂ ਦੀ ਲਿਸਟ ਅਸੀਂ ਤੁਹਾਨੂੰ ਦੇ ਦਵਾਂਗੇ ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਅਕਸਰ ਜਿਹੜਾ ਕੁਐਸਚਨ ਹੈ ਇਹਨਾਂ ਦੇ ਨਾਮ ਦੇ ਉੱਤੇ ਪੁੱਛਿਆ ਜਾਂਦਾ ਕਈ ਵਾਰ ਇਹਨਾਂ ਦੇ ਨੋਵਲਸ ਦੇ ਕੈਰੈਕਟਰਸ ਜਿਹੜੇ ਨੇ उन्हते पुछा जाए जिमें कि राजू कई बार क्वेश्चन आंधा है हू वॉज राजू इन द नोवल ऑफ आर के नारायण राजू कौन सी सो राजू इज द करैक्टर ऑफ हिज नॉवल द गाइड इस तु इलावा राजम के बारे कई बार क्वेश्चन आंदा कि हू वॉज राजम एक्चुअली ਰਾਜ਼ਮ ਵਾਸ ਦਾ ਨੇਮ ਆਫ ਹਿਸ ਵਾਈਫ ਤੇ ਇੱਕ ਸਟੋਰੀ ਦੇ ਵਿੱਚ ਸਵਾਮੀ ਐਂਡ ਹਿਸ ਫਰੈਂਡਸ ਨਾਮ ਦੀ ਇੱਕ ਸਟੋਰੀ ਹੈ ਜਿਹੜੀ ਕਿ ਹਾਈ ਸਕੂਲ ਦੇ ਵਿੱਚ ਪੜ੍ਹਾਈ ਜਾਂਦੀ ਹੈ ਉਹਦੇ ਵਿੱਚ ਰਾਜ਼ਮ ਇਸ ਇਹਨਾਂ ਦੇ ਦੋਸਤ ਦਾ ਨਾਮ ਹੈ ਸੋ ਯੂ ਨੀਡ ਨਾਟ ਗੈਟ ਕਨਫਿਊਜ਼ਡ ਰਾਜ਼ਮ ਅਸਲ ਵਿੱਚ ਇਹਨਾਂ ਦੀ ਵਾਈਫ ਦਾ ਨਾਮ ਹੈ ਜਿਹੜਾ ਕਿ ਇਹਨਾਂ ਨੇ ਆਪਣੇ ਹੋਰ ਵੀ ਵਰਕਸ ਦੇ ਵਿੱਚ ਇਸਤੇਮਾਲ ਕੀਤਾ ਸੋ ਆਰ ਕੇ ਨਾਰਾਇਣ ਦੇ ਇਸ ਸਾਹਿਤਿਕ ਸਫ਼ਰ ਨੂੰ ਅਸੀਂ ਪਹਿਲੇ ਲੈਕਚਰ ਦੇ ਵਿੱਚ ਜਾਣਿਆ ਇਹਨਾਂ ਦੇ ਉੱਤੇ ਆਬਜੈਕਟਿਵ ਟਾਈਪ ਕੁਐਸਚਨਸ ਤੁਹਾਨੂੰ ਕਰਵਾਏ ਜਾਣਗੇ ਉਸ ਤੋਂ ਇਲਾਵਾ ਵਾਟ ਹੀ ਡਿਡ ਹਾਊ ਹੀ ਰੌਟ ਹਾਊ ਹੀ ਪ੍ਰੈਜ਼ੈਂਟਡ ਹਿਸ ਸਕਿਲਸ ਹਾਊ ਹੀ ਇੰਪੈਕਟਡ ਇੰਡੀਅਨ ਰਾਈਟਿੰਗ ਇਨ ਇੰਗਲਿਸ਼ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਇਸ ਸਿਲੇਬਸ ਦੇ ਵਿੱਚ ਇਹ ਪਹਿਲਾ ਟੌਪਿਕ ਹੈ ਇੰਡੀਅਨ ਰਾਈਟਿੰਗ ਇਨ ਇੰਗਲਿਸ਼ ਦੇ ਵਿੱਚ ਹੋਰ ਵੀ ਕਈ ਨਾਮ ਨੇ ਜਿਨ੍ਹਾਂ ਵਿੱਚ ਮੁਲਕਰਾਜ ਆਨੰਦ ਅਰੁੰਦਤੀ ਰాయ ਕਿਰਨ ਦੇਸਾਈ ਅਰਵਿੰਦ ਐਡੀਗਾ ਵਿਕਰਮ ਸੇਠ ਮੁਲਕਰਾਜ ਆਨੰਦ ਇਦਾਂ ਦੇ ਕਈ ਨਾਮ ਨੇ ਅਸੀਂ ਇਹਨਾਂ ਦੇ ਉੱਤੇ ਕੰਮ ਕਰਾਂਗੇ देयर आफ्टर ਵੀ ਸ਼ਲ ਗੈਟ ਸ਼ਿਫਟਡ ਟੂ ਦੀ ਅਦਰ ਟੌਪਿਕਸ ਜਿਸ ਦੇ ਵਿੱਚ ਅਸੀਂ विक्टोरियन पीरियड मॉडर्न पीरियड पोस्ट मॉडर्न पीरियड ਅਤੇ ਹੋਰ ਵੀ ਜਿਹੜੇ ਟਾਪਿਕ ਤੁਹਾਡੇ ਸਿਲੇਬਸ ਨਾਲ ਸੰਬੰਧਿਤ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਕਰਾਂਗੇ ਤੁਹਾਨੂੰ ਕੁਐਸਚਨ ਮਹੀਆ ਕਰਾਵਾਂਗੇ ਤੁਹਾਨੂੰ ਆਬਜੈਕਟਿਵ ਟਾਈਪ ਟੈਸਟ ਸੀਰੀਜ਼ ਵਗੈਰਾ ਅਸੀਂ ਪ੍ਰੋਵਾਈਡ ਕਰਾਵਾਂਗੇ ਸੋ ਇਸ ਪਹਿਲੇ ਲੈਕਚਰ ਦੇ ਵਿੱਚ ਸਾਹਿਤਿਕ ਸਫਰ ਜਿਹੜਾ ਆਰਕੇ ਨਾਰਾਇਣ ਦਾ ਸੀ ਉਸਦੇ ਬਾਰੇ ਤੁਹਾਨੂੰ ਕਾਫੀ ਜਾਣਕਾਰੀ ਹੋ ਗਈ ਹੋਏਗੀ ਮਿਆਸ ਕਰ ਰਹਾ ਕਿ ਤੁਸੀਂ ਜਦੋਂ ਆਬਜੈਕਟਿਵ ਟਾਈਪ ਕੁਐਸਚਨਸ ਤੁਹਾਨੂੰ ਇਸ ਦੇ ਬਾਰੇ ਪੁੱਛੇ ਜਾਂਦੇ ਨੇ ਯੂ ਵਿਲ ਫ੍ਰੀਲੀ ਸੋਲਵ 올 द ਕੁਐਸਚਨਸ ਥੈਂਕ ਯੂ